ਪਹਿਲਾ ਗਾਣਾ ਜਿਹੜਾ ਸਕ੍ਰਿਪਟ ਲਿਖਿਆ ਗਿਆ ਅਜੇ ਨੂੰ ਖੁਦ ਬਣਾ ਕੇ ਸ਼ਾਇਰ ਕਰਤੇ ਨੇ ਬਖਸ਼ੀ ਕਵਿਤਾ। ਮੈਨੂੰ ਜ਼ਹਿਰੀ ਤੌਰ ਤੇ ਕਦੀ ਇਹ ਲੱਗਦਾ ਨਹੀਂ ਕਿ ਅੱਛਾ ਯਾਰ ਆਸਾਨ ਗਾਣਾ ਕੱਢੀਏ ਜ਼ਿਆਦਾ ਲੋਕ ਸੁਣਨਗੇ। ਸਾਬਿਤ ਤਾਂ ਮੈਂ ਕੁਛ ਨਹੀਂ ਕਰਨਾ, ਕਨਵੇ ਕਰਦਾ ਕਿ ਲਿਪੀ ਬਹੁਤ ਅਹਿਮ ਚੀਜ਼ ਹੁੰਦੀ ਹੈ, ਇਹਨੂੰ ਸੰਭਾਲਣਾ ਚਾਹੀਦਾ। ਜਿਹਨੂੰ ਖੁਦ ਬਣਾ ਕੇ ਸ਼ਾਇਰ ਕਰਤੇ ਨੇ ਬਖਸ਼ੀ ਕਵਿਤਾ ਕਿ ਹੁਣ ਤੂੰ ਨਾ ਆਖੀ ਕਾਨ ਸਿੰਘ ਨਾਭੇ ਤੋਂ ਕੀ ਲੈਣਾ ਜ਼ਰੂਰਤ ਸੋਚ ਸਮੂਹ ਪੰਜਾਬੀ ਉਹ ਹੁਣ ਤਾਂ ਜ਼ਰਾ ਕੁ ਹੋਸ਼ ਲੈ ਆਵੋ ਜ਼ਰੂਰਤ ਪੈਣ ਲੱਗ ਪਈ ਮਾਂ ਬੋਲੀ ਦਾ ਕੋਸ਼ ਲੈ ਆਵੋ। ਮੈਂ ਇਹ ਕਹਿ ਰਿਹਾ ਕਿ ਇਹੋ ਜਿਹੀ ਨੌਬਤ ਕਿਉਂ ਆਵੇ ਕਿ ਤੁਹਾਨੂੰ ਆਪਣੀ ਜ਼ੁਬਾਨ ਨੂੰ ਸਮਝਣ ਲਈ ਡਿਕਸ਼ਨਰੀ ਲੈਣੀ ਪਵੇ। ਹਾਓ ਐਂਡ ਵਾਏ। ਮੈਂ ਗੁਰਮੁਖੀ ਦਾ ਬੇਟਾ ਮੈਨੂੰ ਤੋਰ ਦੇਣੇ ਅੱਖਰ ਮਾਂ ਖੇਲਣੇ ਨੂੰ ਦਿੱਤੇ ਬੜੀ ਲੋਰ ਦੇਣੇ ਅੱਖਰ। ਆਈ ਥਿੰਕ ਔਗਸਤ 2018 ਦੀ ਗੱਲ ਆ। ਮੇਰੀਆਂ ਸਾਰੀਆਂ ਰਚਨਾਵਾਂ ਜੀ ਗੁਰਮੁਖੀ ਦੇ ਵਿੱਚ ਛਪ ਕੇ ਇੱਥੇ ਪਈਆਂ ਨੇ ਮੇਰੇ ਫੋਨ 'ਚ, ਇਸ ਕਰਕੇ ਮੈਂ ਗੁਰਮੁਖੀ ਦਾ ਬੇਟਾ ਹਾਂ। ਸਿੰਧ ਬਿਆਸ ਰਾਵੀ ਕੰਗਲ ਸਤਲੁਜ ਚਨਾਬ ਜੇਹਲਮ ਜਿਨ੍ਹਾਂ ਦਰਿਆਵਾਂ ਕਰਕੇ ਇਸ ਜ਼ਮੀਨ ਦਾ ਨਾਮ ਪਿਆ ਪੰਜਾਬ। ਸਿੰਧ ਬਿਆਸ ਰਾਵੀ ਕੰਗਲ ਸਤਲੁਜ ਚਨਾਬ ਜੇਹਲਮ। ਸਤਿ ਸ਼੍ਰੀ ਅਕਾਲ ਜੀ, ਗੂਗਲ ਬਾਲੀਵੁੱਡ ਤੁਸੀਂ ਦੇਖ ਰਹੇ ਹੋ ਅਤੇ ਮੈਂ ਯੋਗੇਸ਼ ਗੁਰਨਾ। ਅੱਜ ਮੇਰੇ ਨਾਲ ਉਹ ਸ਼ਖਸੀਅਤ ਮੌਜੂਦ ਹੈ ਜੀ ਜਿਨ੍ਹਾਂ ਨੂੰ ਆਪਾਂ ਤੁਰਦਾ ਫਿਰਦਾ ਪੰਜਾਬ ਕਹਿ ਸਕਦੇ ਹਾਂ, ਜੋ ਇਗਜ਼ਾਮਪਲ ਨੇ ਸਾਡੇ ਲਈ, ਬਹੁਤ ਵੱਡੀ ਸਾਡੇ ਪੰਜਾਬ ਦੇ ਲਈ, ਸਾਡੇ ਸੱਭਿਆਚਾਰ ਦੇ ਲਈ। ਮੇਰੇ ਨਾਲ ਨੇ ਡਾਕਟਰ ਸਤਿੰਦਰ ਸਰਤਾਜ, ਜੋ ਇੱਕ ਨਵੀਂ ਰਚਨਾ ਲੈ ਕੇ ਆਪਣੀ ਹੱਥ ਲਿਖਤ ਰਚਨਾ ਲੈ ਕੇ ਰੂਬਰੂ ਹੋਏ ਨੇ ਸਾਡੇ। ਪੂਰੀ ਐਲਬਮ ਆ ਰਹੀ ਹੈ ਜੀ ਅਤੇ ਉਸ ਐਲਬਮ ਦਾ ਪਹਿਲਾ ਗਾਣਾ ਗੁਰਮੁਖੀ ਦਾ ਬੇਟਾ ਸਾਡੇ ਰੂਬਰੂ ਹੋਇਆ ਜੀ, ਸਾਨੂੰ ਸੁਣਨ ਨੂੰ ਮਿਲ ਰਿਹਾ ਹੈ। ਸੋ ਉਹਦੇ ਬਾਰੇ ਕੁਝ ਗੱਲਾਂ ਕਰਦੇ ਹਾਂ ਸਰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਪਹਿਲਾਂ ਤਾਂ ਮੈਂ ਬਿਹਾਈਂਡ ਦਾ ਕੈਮਰਾ ਸੀਗਾ, ਜਿਹੜੀ ਤੁਸੀਂ ਤਸ਼ਬੀਹ ਦਿੱਤੀ ਹੈ ਮੈਨੂੰ ਲੱਗਦਾ ਅੱਜ ਤੱਕ ਦੀ ਸਭ ਤੋਂ ਵੱਡੀ ਕੰਪਲੀਮੈਂਟ ਜਾਂ ਤਸ਼ਬੀਹ ਹੈ। ਤੁਰਦਾ ਫਿਰਦਾ ਪੰਜਾਬੀ ਤਾਂ ਆਪਣੇ ਆਪ 'ਚ ਮੈਨੂੰ ਲੱਗਦਾ ਓ ਮਾਈ ਗੋਡ, ਇਟਸ ਸੋ ਓਵਰਵੈਲਮਿੰਗ। ਥੈਂਕ ਯੂ ਵੈਰੀ ਮਚ ਭਾਜੀ, ਥੈਂਕ ਯੂ। ਗੁਰਮੁਖੀ ਦਾ ਬੇਟਾ, ਇਹ ਪਹਿਲੀ ਵਾਰ ਥੋਟ ਮਾਇੰਡ 'ਚ ਕਦੋਂ ਆਇਆ ਕਿ ਮੈਨੂੰ ਇੱਕ ਇੱਦਾਂ ਦੀ ਰਚਨਾ ਲਿਖਣੀ ਚਾਹੀਦੀ ਹੈ? ਲਿਖਣੀ ਚਾਹੀਦੀ ਹੈ ਇਹ ਥੋਟ ਕਦੀ ਨਹੀਂ ਆਇਆ। ਲਿਖ ਕਦੋਂ ਹੋ ਗਈ ਇਹ ਮੈਂ ਡੇਟ ਦੇ ਸਕਦਾ ਜੇ ਤੁਸੀਂ ਮੈਨੂੰ ਫੋਨ ਫੜਾਓ। ਨਹੀਂ ਨਹੀਂ, ਮੇਰਾ ਫੋਨ ਇਹਦੇ 'ਤੇ ਇਹਦੀ ਡੇਟ ਲਿਖੀ ਹੋਣੀ ਹੈ। ਲੈਟ ਮੀ ਚੈੱਕ। ਆਈ ਥਿੰਕ ਔਗਸਤ 2018 ਦੀ ਗੱਲ ਆ। ਮੇਰੀਆਂ ਸਾਰੀਆਂ ਰਚਨਾਵਾਂ ਜੀ ਗੁਰਮੁਖੀ ਦੇ ਵਿੱਚ ਛਪ ਕੇ ਇੱਥੇ ਪਈਆਂ ਨੇ ਮੇਰੇ ਫੋਨ 'ਚ, ਇਸ ਕਰਕੇ ਮੈਂ ਗੁਰਮੁਖੀ ਦਾ ਬੇਟਾ ਹਾਂ। ਆ ਜਾਓ ਜੀ, ਬੜਾ ਕੈਂਡ ਕੁਐਸਚਨ ਪੁੱਛ ਲਿਆ ਮੈਂ, ਭਾਜੀ ਨੂੰ ਵੀ ਬਿਜ਼ੀ ਕਰਤਾ ਤਕਰੀ। ਆ ਦੇਖੋ ਜੀ, ਗੁਰਮੁਖੀ ਦਾ ਬੇਟਾ, ਇਟ ਇਜ਼ ਔਗਸਤ 6th 2018। ਹਾਂਜੀ, ਅਤੇ ਅਗਰ ਇੱਕ ਲਾਈਨ 'ਚ ਬਿਆਨ ਕਰਨਾ ਹੋਵੇ, ਟੂ ਬੀ ਵੈਰੀ ਫਰੈਂਕ, ਕੀ ਤੁਸੀਂ ਇਸਦੇ ਥਰੂ ਸਾਬਿਤ ਕੀ ਕਰਨਾ ਚਾਹੁੰਦੇ ਹੋ? ਮਤਲਬ ਕਿਹੜੀ ਚੀਜ਼ ਤੁਸੀਂ ਆਪਣਾ ਥੋਟ ਇੱਕ ਲਾਈਨ 'ਚ ਬਿਆਨ ਕਰਨਾ ਹੋਵੇ ਆਸਾਨੀ ਭਾਸ਼ਾ ਦੇ ਵਿੱਚ? ਸਾਬਿਤ ਤਾਂ ਮੈਂ ਕੁਛ ਨਹੀਂ ਕਰਨਾ, ਕਨਵੇ ਕਰਦਾ ਕਿ ਲਿਪੀ ਬਹੁਤ ਅਹਿਮ ਚੀਜ਼ ਹੁੰਦੀ ਹੈ, ਇਹਨੂੰ ਸੰਭਾਲਣਾ ਚਾਹੀਦਾ। ਦੈਟਸ ਇਟ, ਇੱਕ ਲਾਈਨ। ਦਰਿਆਵਾਂ ਦਾ ਵੀ ਤੁਸੀਂ ਕਨਸੈਪਟ ਵਿੱਚ ਯੂਜ਼ ਕੀਤਾ, ਲਿਪੀ ਨੂੰ ਦਰਿਆਵਾਂ ਨਾਲ ਜੋੜਿਆ, ਇਹ ਕਿਵੇਂ ਸੋਚਿਆ? ਬੇਸਿਕਲੀ ਕਨਸੈਪਟ ਦਰਿਆਵਾਂ ਦਾ ਹੀ ਸੀ, ਫੋਰਚੂਨੇਟਲੀ ਇਹ ਪਹਿਲਾ ਗਾਣਾ ਲਿਪੀ ਦਾ ਆ ਗਿਆ। ਸੋ ਜਿਸ ਧਰਤੀ ਦੇ ਉੱਤੇ ਦਰਿਆ ਵਗਦੇ ਨੇ, ਜਿਨ੍ਹਾਂ ਦਰਿਆਵਾਂ ਕਰਕੇ ਇਸ ਜ਼ਮੀਨ ਦਾ ਨਾਮ ਪਿਆ ਪੰਜਾਬ, ਉਸ ਪੰਜਾਬ ਦੀ ਬੋਲੀ ਦੀ ਜਿਹੜੀ ਲਿਖਣ ਦੀ ਲਿਪੀ ਆ, ਇਹ ਉਹਦਾ ਗਾਣਾ। ਸੋ ਇਹ ਬਹੁਤ ਹੀ ਤੁਹਾਨੂੰ ਪਿਛੋਕੜ 'ਚ ਲੈ ਕੇ ਜਾਂਦੀ ਆ। ਅੱਜ ਅਸੀਂ ਪ੍ਰੈਸ ਕਾਨਫਰੰਸ ਸੀਗੇ, ਮੈਂ ਉਹਦੀ ਸਾਰੀ ਡਿਟੇਲਡ ਇੱਕ ਪ੍ਰੈਸ ਨੋਟ ਦਿੱਤਾ, ਪਲੀਜ਼ ਤੁਸੀਂ ਸਾਰੇ ਉਹਨੂੰ ਪੜ੍ਹਿਓ ਜਾਂ ਕਨਵੇ ਕਰਿਓ ਲੋਕਾਂ ਤੱਕ। ਉਹਦੇ ਵਿੱਚ ਉਹ ਸਾਰਾ ਪੰਜਾਬ ਲਫ਼ਜ਼ ਕਦੋਂ ਆਇਆ, ਇਹ ਸਪਤ ਸਿੰਧੂ ਕਦੋਂ ਬਣੇ, ਕਦੋਂ ਤੱਕ ਰਿਹਾ, ਸੂਫੀਜ਼ਮ ਦਾ ਪੰਜਾਬੀਜ਼ਮ ਨਾਲ ਕੀ ਤਾਲੁਕ ਹੈ, ਗੁਰਮੁਖੀ ਪਹਿਲਾਂ ਕਿਸ ਅੰਸ਼ ਤਰੀਕੇ 'ਚ ਹੁੰਦੀ ਸੀ, ਗੁਰੂਆਂ ਨੇ ਉਹਨੂੰ ਕਿਸ ਤਰ੍ਹਾਂ ਰਿਵਾਈਵਮੈਂਟ ਕਰਕੇ ਸਤਿਗੁਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਰਚਨਾ ਹੋਈ, ਇਹ ਸਾਰੀਆਂ ਚੀਜ਼ਾਂ ਦਾ ਜ਼ਿਕਰ ਆ, ਇਹੀ ਇਹਦੀ ਵਜ੍ਹਾ ਹੈ। ਇੱਕ ਸਰ ਟੈਕਨੀਕਲ ਕੁਐਸਚਨ ਮੇਰੇ ਮਾਇੰਡ 'ਚ ਹਮੇਸ਼ਾ ਆਉਂਦਾ, ਜਿਸ ਤਰ੍ਹਾਂ ਦੀ ਸ਼ਬਦਾਵਲੀ ਤੁਸੀਂ ਯੂਜ਼ ਕਰਦੇ ਹੋ, ਬੜੀ ਸੋਹਣੀ ਆ, ਸੱਚੀ ਸੁੱਚੀ ਆ ਸਾਡੇ ਪੰਜਾਬ ਦੇ ਲਈ, ਪੰਜਾਬੀ ਦੇ ਲਈ, ਅੱਜ ਕੱਲ੍ਹ ਦੇ ਯੰਗਸਟਰਸ ਦੇ ਲਈ ਤੁਹਾਡਾ ਗਾਣਾ ਸਮਝਣ ਦੇ ਲਈ ਉਹਨਾਂ ਨੂੰ ਕਈ ਵਾਰ ਗੂਗਲ ਕਰਨੀ ਪੈ ਜਾਂਦੀ ਹੈ ਕਿ ਵਾਟ ਐਗਜੈਕਟਲੀ ਮੀਨ ਇਟ ਇਜ਼। ਅਤੇ ਗੂਗਲ ਤੋਂ ਅਸੀਂ ਬੀ ਲਾ ਕੇ ਕ੍ਰੀਏਟ ਕਰਤਾ। ਸੋ ਉਹ ਮੇਰੇ ਕਹਿਣ ਦਾ ਭਾਵ ਕਿ ਉਹਨਾਂ ਨੂੰ ਥੋੜ੍ਹਾ ਜਿਹਾ ਕਨਫਿਊਜ਼ ਹੋ ਜਾਂਦੇ ਆ ਵੀ ਯਾਰ, ਡਿਫੀਕਲਟ ਉਹਨਾਂ ਲਈ, ਤੁਹਾਨੂੰ ਨਹੀਂ ਲੱਗਦਾ ਵੀ ਇੱਕ ਟਾਰਗੇਟ ਆਡੀਅੰਸ ਉਸ ਏਜ ਗਰੁੱਪ ਦੀ ਮਿਸ ਹੋ ਜਾਂਦੀ ਹੈ? 100% ਪਰ ਮੈਨੂੰ ਉਹਦੀ ਬੜਾ ਸਟਰੋਂਗ ਜਿਹਾ ਵਰਡ ਪਰਵਾਹ ਨਹੀਂ ਆ, ਇਹ ਗੱਲ ਆ, ਮੈਂ ਕਹਿਣਾ ਨਹੀਂ ਚਾਹੁੰਦਾ, ਪਰਵਾਹ ਮੈਨੂੰ 100% ਹੈਗੀ ਆ, ਮੇਰੇ ਤੋਂ ਕਿਹਾ ਗਿਆ, ਸੋਰੀ। ਪਰ ਮੈਨੂੰ ਜ਼ਹਿਰੀ ਤੌਰ 'ਤੇ ਕਦੀ ਇਹ ਲੱਗਦਾ ਨਹੀਂ ਕਿ ਅੱਛਾ ਯਾਰ ਆਸਾਨ ਗਾਣਾ ਕੱਢੀਏ ਜ਼ਿਆਦਾ ਲੋਕ ਸੁਣਨਗੇ। ਜਿਹੜੇ ਲੋਕ, ਮੈਂ ਕਿਹਾ ਸੀਗਾ ਸਾਡਾ ਇੱਕ ਗਾਣਾ ਸੀਗਾ
ਇਸ ਤੋਂ ਪਹਿਲਾਂ ਵੀ ਜ਼ੁਬਾਨ 'ਤੇ ਸਾਡੇ ਬਹੁਤ ਗਾਣੇ, ਮੈਂ ਇਸ ਕਰਕੇ ਕਹਿ ਰਿਹਾ ਕਿ ਇਹ ਪਹਿਲਾ ਗਾਣਾ ਜਿਹੜਾ ਸਕ੍ਰਿਪਟ ਲਿਖਿਆ ਗਿਆ। ਲੈਂਗੁਏਜ 'ਤੇ ਬਹੁਤ ਗਾਣੇ ਲਿਖੇ ਗਏ ਨੇ, ਲੈਂਗੁਏਜ 'ਤੇ ਤਾਂ ਕਿ ਮਾਤ ਬੋਲੀ ਨੂੰ ਲੋੜੀਂਦਾ ਦੇਵੋ ਮਾਣ ਦੋਸਤੋ, ਛੇਤੀ ਸਾਂਭ ਲਓ ਨਾ ਛੱਡ ਜੇ ਪ੍ਰਾਣ ਦੋਸਤੋ। ਇੱਕ ਸੀਗਾ ਕਿ ਹੁਣ ਤੂੰ ਨਾ ਆਖੀ ਕਾਨ ਸਿੰਘ ਨਾ ਬੇ ਤੋਂ ਕੀ ਲੈਣਾ ਜ਼ਰੂਰਤ ਸੋਚ ਸਮੂਹ ਪੰਜਾਬੀ ਓ ਹੁਣ ਤਾਂ ਜ਼ਰਾ ਕੁ ਹੋਸ਼ ਲੈ ਆਵੋ ਜ਼ਰੂਰਤ ਪੈਣ ਲੱਗ ਪਈ ਮਾਂ ਬੋਲੀ ਦਾ ਕੋਸ਼ ਲੈ ਆਵੋ। ਕੋਸ਼ ਡਿਕਸ਼ਨਰੀ ਨੂੰ ਕਹਿੰਦੇ ਆ। ਮੈਂ ਇਹ ਕਹਿ ਰਿਹਾ ਕਿ ਇਹੋ ਜਿਹੀ ਨੌਬਤ ਕਿਉਂ ਆਵੇ ਕਿ ਤੁਹਾਨੂੰ ਆਪਣੀ ਜ਼ੁਬਾਨ ਨੂੰ ਸਮਝਣ ਲਈ ਡਿਕਸ਼ਨਰੀ ਲੈਣੀ ਪਵੇ, ਹਾਓ ਐਂਡ ਵਾਏ ਬੇਸਿਕਲੀ। ਸੋ ਮੇਰਾ ਇਹ ਮੋਟਿਵ ਆ। ਕਈ ਵਾਰੀ ਲੋਕ ਕਹਿੰਦੇ ਕਿ ਯਾਰ ਤੁਹਾਡੀਆਂ ਲਫ਼ਜ਼ ਬੜੇ ਭਾਰੇ ਹੁੰਦੇ ਆ, ਪਰ ਉਹ ਸਾਡੀ ਜ਼ੁਬਾਨ ਦੇ ਹੀ ਨੇ। ਜੇਕਰ ਮਹਾਰਾਜਾ ਰਣਜੀਤ ਸਿੰਘ ਦੀ ਦਰਬਾਰੀ ਜ਼ੁਬਾਨ ਫਾਰਸੀ ਸੀ, ਸੇ ਬਟ ਓਬੀਅਸ ਹੈ ਕਿ ਸਾਡੀ ਪੰਜਾਬੀ ਜ਼ੁਬਾਨ ਦੇ ਉੱਤੇ ਪਰਜਨ ਇੰਪਰੈਸ਼ਨ ਆਉਣਾ ਹੀ ਆਉਣਾ, ਪਰ ਉਹ ਅਸੀਂ ਜ਼ੁਬਾਨ ਅਪਣਾਈ ਆ। ਪੰਜਾਬ ਲਫ਼ਜ਼, ਜ਼ੁਬਾਨ ਲਫ਼ਜ਼, ਸਰਦਾਰ ਲਫ਼ਜ਼, ਇਹ ਸਾਰੇ ਫਾਰਸੀ ਦੇ ਲਫ਼ਜ਼ ਨੇ, ਫਿਰ ਤੁਸੀਂ ਕਹੋਗੇ ਪੰਜਾਬੀ ਨਹੀਂ ਆ। ਨਹੀਂ, ਇਹ ਜਿਹੜੀ ਗਲੋਬਲਾਈਜੇਸ਼ਨ ਹੋਈ, ਜਦੋਂ ਵੀ ਕੋਈ ਚੀਜ਼ ਕਿਤੇ ਜਾਂਦੀ ਹੈ ਸਾਡੇ, ਹੁਣ ਤੁਸੀਂ ਦੇਖੋ ਯੋਗਾ ਆਕਸਫੋਰਡ ਦੀ ਡਿਕਸ਼ਨਰੀ ਦੇ ਵਿੱਚ ਸ਼ਾਮਿਲ ਹੋ ਗਿਆ, ਹੈ ਨਾ, ਵੱਡੀ ਗੱਲ। ਸੋ ਬਹੁਤ ਸਾਰੇ ਹੋਰ ਇਹੋ ਜਿਹੇ ਲਫ਼ਜ਼ ਨੇ ਜਿਹੜੇ ਉਹਦੇ ਵਿੱਚ ਸ਼ਾਮਿਲ ਹੋ ਗਏ ਨੇ। ਸੋ ਇਸ ਕਰਕੇ ਇਹ ਕੋਈ ਬੁਰੀ ਗੱਲ ਨਹੀਂ ਹੈ, ਜਦੋਂ ਵੀ ਕੋਈ ਚੀਜ਼ ਅਡੋਪਟ ਕੀਤੀ ਜਾਂਦੀ ਕਿਸੇ ਜ਼ੁਬਾਨ 'ਚ, ਉਹ ਉਹਦਾ ਦਾਇਰਾ ਵਸੀਹ ਹੀ ਕਰਦੀ ਹੈ, ਉਹਨੂੰ ਛੋਟਾ ਨਹੀਂ ਕਰਦੀ। ਇਸ ਕਰਕੇ ਪਰਮਾਤਮਾ ਨਾ ਕਰੇ ਕਿ ਸਾਨੂੰ ਡਿਕਸ਼ਨਰੀ ਦੀ ਜ਼ਰੂਰਤ ਪਵੇ, ਸਾਡੀ ਆਮ ਜ਼ੁਬਾਨ ਇਹੋ ਜਿਹੀ ਸੰਜੀਦਾ, ਇਹੋ ਜਿਹੀ ਸੋਹਣੀ, ਇਹੋ ਜਿਹੀ ਸੁਚੱਜੀ, ਐਨਰਿਚਿੰਗ ਹੋ ਜੇ ਕਿ ਸਾਰੀਆਂ ਚੀਜ਼ਾਂ ਵੈਸੇ ਸਮਝ ਆ ਜਾਣ। ਆਖਰੀ ਸਵਾਲ, ਇੱਕ ਟਰੈਕ ਸੁਣਿਆ ਸੀ ਤੁਹਾਡਾ ਯਮ, ਹੋਰ ਦੱਸ ਕੀ ਭਾਲਦੀ, ਉਸ ਜੋਨਰ ਦਾ ਕੋਈ ਟਰੈਕ ਕਦੇ ਮਾਈਂਡ 'ਚ ਦੁਬਾਰੇ ਆਇਆ ਜਾਂ ਕਦੇ ਵੀ ਯਾਰ ਥੋੜ੍ਹੀ ਜਿਹੀ ਇੱਕ ਸ਼ਰਾਰਤ ਹੋਰ ਕਰ ਲੈਂਦੇ ਹਾਂ? 100% ਅਸਲ 'ਚ ਤੁਸੀਂ ਮੰਨਣਾ ਨਹੀਂ, ਇਹ ਤਾਂ ਬਹੁਤ ਹੀ ਜ਼ੋਰ ਲਾ ਕੇ ਮੈਂ ਐਲਬਮ ਰਿਲੀਜ਼ ਕਰਵਾ ਲਈ। ਇਸ ਤੋਂ ਪਹਿਲਾਂ ਸਾਗਾ ਦੀ ਖੁਆਇਸ਼ ਇਹੀ ਸੀਗੀ ਕਿ ਉਹੋ ਜਿਹਾ ਇੱਕ ਨਾ ਬਹੁਤ ਹੀ ਕੀ ਚੀਕੀ ਸੌਂਗ ਹੈ ਉਹ, ਹਾਂ, ਅਤੇ ਉਹ ਸਾਡਾ ਸਿੰਗਲ ਟਰੈਕ ਬਣਿਆ ਹੋਇਆ ਸੀ ਆਲਮੋਸਟ। ਮੈਂ ਉਹਦਾ ਨਾਮ ਨਹੀਂ ਦੱਸੂਗਾ, ਨਾਮ ਹੀ ਚੀਕੀ ਆ ਉਹਦਾ, ਅਤੇ ਯਾਮੇ ਦਾ ਫਲੇਵਰ ਮਿਲੂ 100%, ਮਤਲਬ ਮੈਨੂੰ ਲੱਗਦਾ ਯਾਮੇ ਤੋਂ ਥੋੜ੍ਹਾ ਜਿਹਾ ਜ਼ਿਆਦਾ, ਪਰ ਮੈਨੂੰ ਐਸੀ, ਮੈਂ ਕਿਹਾ ਯਾਰ ਤੁਸੀਂ ਮੈਨੂੰ ਇਹ ਰਿਲੀਜ਼ ਕਰ ਲੈਂਦੋ, ਇਹ ਮੇਰੇ ਰੂਹ ਦੀ ਚੀਜ਼ ਹੈ, ਉਹ ਤੁਸੀਂ ਜਿੱਦਣ ਵਿੱਚ ਵਿਚਾਲੇ ਟਾਈਮ ਮਿਲਿਆ ਤਾਂ ਸਿੰਗਲ ਟਰੈਕ ਹੈ, ਜਿੱਦਣ ਮਰਜ਼ੀ ਰਿਲੀਜ਼ ਕਰ ਲਿਓ। ਥੈਂਕ ਯੂ ਸਰ। ਸੋ ਇਹ ਸੀ ਮੇਰੇ ਨਾਲ ਡਾਕਟਰ ਸਤਿੰਦਰ ਸਰਤਾਜ, ਜਿਹੜੇ ਕਿ ਟਰੈਕ ਲੈ ਕੇ ਆਏ ਨੇ ਗੁਰਮੁਖੀ ਦਾ ਬੇਟਾ, ਸਾਰੇ ਪਾਸੇ ਆ ਚੁੱਕੇ ਆ, ਤੁਸੀਂ ਜ਼ਰੂਰ ਸੁਣਿਓ। ਇਹ ਗਾਣੇ ਦਿਮਾਗ ਦੇ ਨਾਲ ਨਾਲ ਰੂਹ ਨੂੰ ਵੀ ਸਕੂਨ ਦਿੰਦੇ ਆ, ਤੁਸੀਂ ਸਾਰੇ ਇਹਨਾਂ ਨੂੰ ਜਾਣਦੇ ਹੋ। ਇਸ ਖਾਸ ਮੁਲਾਕਾਤ ਦੇ ਵਿੱਚ ਫਿਲਹਾਲ ਇੰਨਾ ਹੀ, ਜੁੜੇ ਰਹਿਣਾ ਗੂਗਲ ਬਾਲੀਵੁੱਡ ਦੇ ਨਾਲ।